ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੀਆ ਪੋਸਟ ਨਿਊਜ਼ ਟੀਵੀ। ਮੈਂ ਹਾਂ ਰਵਨੀਸ਼ ਮਜੀਠੀਆ। ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਜਿਵੇਂ ਜਿਵੇਂ ਇਲੈਕਸ਼ਨਸ ਨੇੜੇ ਆ ਰਹੇ ਨੇ, ਉੱਦਾਂ ਉੱਦਾਂ ਜਿਹੜਾ ਹਰ ਪਾਰਟੀ ਦਾ ਪ੍ਰਚਾਰ ਵੀ ਵੱਧ ਰਿਹਾ ਵਾ। ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਜਿਹੜੇ ਚੈੱਕ ਵੰਡੇ ਗਏ ਨੇ, ਉਹ 27 ਪਿੰਡਾਂ ਦਾ ਵੇਰਵਾ ਅਤੇ ਨਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੋ ਸਾਡੇ ਨਾਲ ਬਣੇ ਰਹੋ, ਇੰਡੀਆ ਪੋਸਟ ਨਿਊਜ਼ ਟੀਵੀ ਨੂੰ ਦੇਖਦੇ ਰਹੋ। ਸੋ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਤੁਹਾਡਾ ਜਿੰਨੇ ਵੀ ਵਿਕਾਸ ਹੋ ਰਹੇ ਨੇ ਪਿੰਡਾਂ ਦੇ ਵਿੱਚ, ਉਹ ਤੁਹਾਡੇ ਨਾਲ ਸਾਂਝੇ ਕਰਾਂਗੇ, ਤਸਵੀਰਾਂ ਦਿਖਾਵਾਂਗੇ। ਇਸ ਟਾਈਮ ਅਸੀਂ ਪੂਰੀਆਂ ਪਿੰਡ ਪਹੁੰਚ ਗਏ ਹਾਂ। ਸੋ ਇੱਥੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੱਦਾਂ ਜਿਹੜਾ ਗਲੀਆਂ ਦਾ ਕੰਮ ਜਿਹੜਾ ਚੱਲ ਰਿਹਾ ਵਾ। ਅਸੀਂ ਸਾਰੇ ਰਲ ਮਿਲ ਕੇ ਪੰਚਾਇਤ ਜਿੰਨੀ ਵੀ ਸੂਚੀ ਆ ਸਾਰੀ ਭੇਦ ਭਾਵ ਦੇ ਥੱਲੇ ਨੇਗੇ। ਇਹ ਸਾਰਾ ਐਸੀ ਏਰੀਆ ਵਾ, ਇਹ ਸਾਰਾ ਜੋ ਸਰਪੰਚਾਂ ਨੇ ਕੰਮ ਕੀਤਾ ਬਹੁਤ ਵਧੀਆ ਕੀਤਾ। ਕੀ ਨਾਮ ਵੀਰ ਜੀ ਆਪਣਾ? ਮੇਰਾ ਨਾਂ ਕੁਲਵੰਤ ਸਿੰਘ। ਤੁਸੀਂ ਇਹੋ ਪਿੰਡ ਦੇ ਜੇ? ਇਸੇ ਪਿੰਡ ਦੇ ਰਹਿਣ ਵਾਲਾ। ਕਿਵੇਂ ਕੰਮ ਹੋ ਰਿਹਾ ਇੱਥੇ, ਵਿਕਾਸ ਕਿਵੇਂ ਚੱਲ ਰਿਹਾ? ਬਹੁਤ ਵਧੀਆ ਹੋ ਰਿਹਾ, ਕਿਸੇ ਵੀ ਪਾਰਟੀ ਦਾ ਨਹੀਂ ਆ, ਅਕਾਲੀ ਦਾ ਜਾਂ ਕਾਂਗਰਸ ਦਾ, ਕੋਡੋ ਕੰਮ ਹੋ ਰਿਹਾ, ਬਿਲਕੁਲ ਸਾਫ਼ ਸੁਥਰਾ ਕੰਮ ਹੋ ਰਿਹਾ। ਕੋਈ ਭੇਦਭਾਵ ਤਾਂ ਨਹੀਂ ਰੱਖਿਆ ਜਾ ਰਿਹਾ? ਭਾਵ ਨਹੀਂ ਜੀ, ਕਿਸੇ ਕਿਸਮ ਦਾ ਭੇਦਭਾਵ ਨਹੀਂ। ਗਲੀਆਂ ਦੇ ਆ, ਪਾਰਕ ਚੱਲਣ ਡਿਆ ਸਾਡਾ ਪ੍ਰੋਗਰਾਮ, ਸਟੇਡੀਅਮ ਦਾ ਚੱਲਣ ਡਿਆ, ਹਾਂਜੀ, ਡੇਰਿਆਂ ਦੇ ਰੋਡ ਕੁਝ ਬਣ ਚੁੱਕੇ ਆ, ਤਕਰੀਬਨ ਮੈਕਸੀਮਮ ਬਣ ਹੀ ਚੁੱਕੇ ਆ। ਹੁਣ ਅੱਗੇ ਕੀ ਮਤਲਬ, ਅੱਗੇ ਕਿੰਨੇ ਕਿੰਨੇ ਕਿੱਦਾਂ ਕਿੱਦਾਂ ਕੰਮ ਕਰਾਓਗੇ? ਹੁਣ ਜਿਹੜਾ ਕੋਈ ਰਹਿੰਦਾ ਵਾ ਉਹ ਵੀ ਕਰਾਂਗੇ, ਹੁਣ ਸਾਡਾ ਸੱਪੜ ਇੱਕ ਰਹਿ ਗਿਆ, ਸੱਪੜ ਦਾ ਵੀ ਪੈਸਾ ਆ ਚੁੱਕਾ ਹੈ, ਉਹ ਵੀ ਸ਼ੁਰੂ ਅਸੀਂ ਕਰਨ ਵਾਲੇ ਹਾਂ। ਕੀ ਨਾਮ ਭਾਅ ਜੀ ਆਪਣਾ? ਦਲਬੀਰ ਸਿੰਘ ਜੀ। ਇੱਥੇ ਹੀ ਰਹਿਸ਼ ਆਪਣੀ? ਹਾਂਜੀ। ਅਤੇ ਕਿੱਦਾਂ ਲੱਗ ਰਿਹਾ ਵਾ, ਕਿਵੇਂ ਹੋ ਰਿਹਾ ਕੰਮ ਕਾਰ? ਵਧੀਆ ਕੰਮ ਹੋ ਰਿਹਾ, ਬਹੁਤ ਵਧੀਆ। ਕੋਈ ਭੇਦਭਾਵ ਤਾਂ ਨਹੀਂ ਰੱਖਦੇ ਸਰਪੰਚ ਸਾਹਿਬ? ਕੋਈ ਗੱਲ ਹੀ ਨਹੀਂ, ਸਭ ਇੱਕਤਾ ਨਾਲ ਚੱਲਣ ਡਿਆ ਕੰਮ। ਤਸਵੀਰਾਂ ਦਿਖਾਈਆਂ ਪਿੰਡ ਦੀਆਂ, ਕਿਵੇਂ ਵਿਕਾਸ ਚੱਲ ਰਿਹਾ ਵਾ। ਆਓ ਤੁਹਾਡੀ ਜਸਵੀਰ ਸਿੰਘ ਜਿਹੜੇ ਸਰਪੰਚ ਸਾਹਿਬ ਨੇ, ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਸਵਾਗਤ ਹੈ ਸਰਪੰਚ ਸਾਹਿਬ ਤੁਹਾਡਾ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਕਿਵੇਂ ਜਿਹੜਾ ਵਿਕਾਸ ਦਾ ਕੰਮਕਾਰ, ਕਿਵੇਂ ਕਾਰਜ ਚੱਲ ਰਹੇ ਨੇ ਸਾਰੇ? ਅਤੇ ਮੈਂ ਸਰਪੰਚ ਪੁਰੀਆਂ ਕਲਾਂ, ਸ਼ੁਭਨਾਮ ਜਸਵੀਰ ਸਿੰਘ ਬੋਲ ਰਿਹਾ ਹਾਂ। ਸਾਡੀ ਪੰਚਾਇਤ ਨੇ ਕੰਮ ਬਹੁਤ ਕਰਾਏ ਪਿੰਡ ਦੇ ਵਿੱਚ, ਜਿਹੜੇ ਪਿਛਲੇ ਅਧੂਰੇ ਕੰਮ ਜਿਹੜੇ ਰਹਿੰਦੇ ਸੀ ਉਹ ਸਾਰੇ ਦੁਬਾਰਾ ਕੀਤੇ ਆ। ਅਤੇ ਸਾਨੂੰ ਸਾਡੇ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਹਦੀਆਂ ਹਦਾਇਤਾਂ ਮੁਤਾਬਕ ਜਿੱਦਾਂ ਵੀ ਹੈਗਾ ਕੰਮ
ਬਗੈਰ ਭੇਦਭਾਵ ਤੋਂ ਸਾਰਾ ਕੀਤਾ ਵਾ। ਇੱਥੋਂ ਤੱਕ ਵੀ ਗਲੀਆਂ ਨਾਲੀਆਂ ਜਿਹੜੀਆਂ ਵੀ ਸਾਰੀਆਂ ਬਣਾਈਆਂ ਵਾ, ਛੱਪਰਾਂ ਦੀਆਂ ਕੰਧਾਂ ਕਰਾਈਆਂ ਵਾ, ਨਾਲੇ ਵੀ ਬਣਾਏ ਆ, ਅਤੇ ਇੱਕ ਧਰਮਸ਼ਾਲਾ ਬਣਾਈ ਆ ਮ ਹਰੀਜਨਾਂ ਦੀ। ਤੁਹਾਡਾ ਕੀ ਨਾਮ ਭਾਜੀ? ਮੇਰਾ ਨਾਂ ਜੀ ਬਲਵਿੰਦਰ ਸਿੰਘ, ਮੈਂਬਰ ਪੰਚਾਇਤ ਪਿੰਡ ਪੁਰੀਆਂ ਕਲਾਂ। ਕਿਵੇਂ ਜਿਹੜੇ ਕਾਰਜ ਚੱਲ ਰਹੇ ਨੇ ਜਾਂ ਅੱਗੇ ਹੋਰ ਕਿੱਦਾਂ ਕੰਮ ਚੱਲੇਗਾ? ਹੋਰ ਵੀ ਬਹੁਤ ਵਧੀਆ ਕੰਮ ਚੱਲ ਰਿਹਾ ਜੀ। ਜਦੋਂ ਤੋਂ ਸਰਕਾਰ ਹੋਂਦ ਵਿੱਚ ਆਈ ਆ ਉਦੋਂ ਤੋਂ ਹੀ ਅਸੀਂ ਜਿਹੜੇ ਆ ਉਹ ਕੰਮ ਨੂੰ ਲੱਗੇ ਹੋਏ ਹਾਂ। ਤਕਰੀਬਨ ਸਾਰੇ ਪਿੰਡ ਨੂੰ ਜਿਹੜਾ ਉਹ ਦੁਬਾਰਾ ਓਵਰਹਾਲ ਕੀਤਾ ਗਿਆ, ਇੰਟਰਲੋਕ ਟਾਈਲਾਂ ਲਾਈਆਂ ਗਈਆਂ, ਪਹਿਲਾਂ RCC ਗਲੀਆਂ ਨਾਲੀਆਂ ਵੀ ਬਣਾਈਆਂ ਗਈਆਂ, ਸਟੇਡੀਅਮ ਬਣਾਇਆ ਗਿਆ, ਪਾਰਕ ਵਗੈਰਾ ਬਣਾਈ ਗਈ ਆ, ਧਰਮਸ਼ਾਲਾ SC ਬਰਾਦਰੀ ਵਾਸਤੇ ਬਣਾਈ ਗਈ ਆ। ਮਤਲਬ ਕੋਈ ਪਾਰਟੀ ਦਾ ਤਾਂ ਨਹੀਂ ਰੱਖਿਆ ਗਿਆ ਕਿ ਇਹ ਅਕਾਲੀ ਦਲ ਇਹ ਏਰੀਆ ਵਾ ਜਾਂ ਕਾਂਗਰਸ ਦੇ ਬੰਦੇ ਆ? ਕੋਈ ਭੇਦਭਾਵ ਤਾਂ ਨਹੀਂ ਕੀਤਾ ਗਿਆ ਕਿ ਪਿੰਡ ਨੂੰ ਮਤਲਬ ਇੱਕ ਸਮਝ ਕੇ ਸਾਰੇ ਕੰਮ ਕੀਤੇ ਗਏ? ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਮੰਤਰੀ ਸਾਹਿਬ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਦਾ ਪਿੱਛੋਂ ਹੁਕਮ ਹੈ ਵੀ ਕੋਈ ਵੀ ਕਿਸਮ ਦਾ ਕੋਈ ਭੇਦਭਾਵ ਨਹੀਂ ਕਰਨਾ। ਵੈਸੇ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਉਹ ਪਾਰਟੀਬਾਜ਼ੀ ਘੱਟ ਆ, ਪੜ੍ਹੀ ਲਿਖੀ ਪੰਚਾਇਤ ਆ, ਸਾਡੇ ਜਿਹੜੇ ਸਰਪੰਚ ਸਾਹਿਬ ਆ ਬੜੇ ਪੜ੍ਹੇ ਲਿਖੇ ਬੰਦੇ ਆ, ਬੜਾ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ, ਕੰਮ ਕਰਨ ਦਾ ਵੀ ਤਜਰਬਾ, ਕਿਵੇਂ ਕਰਨਾ ਕਰਾਉਣਾ। ਬਾਕੀ ਮੰਤਰੀ ਸਾਹਿਬ ਦਾ ਬੜਾ ਸੰਯੋਗ ਆ, ਅਫਸਰ ਸ਼ਾਹੀ ਦਾ ਬੜਾ ਸੰਯੋਗ ਆ, ਕਿਉਂਕਿ ਸਮੇਂ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਮੇਰਾ ਖਿਆਲ ਆ ਵੀ ਜੋ ਦੇਸ਼ ਆਜ਼ਾਦ ਆਇਆ ਹੋਇਆ ਹੋਊਗਾ, ਸਾਡੇ ਪਿੰਡ ਦੇ ਵਿੱਚ ਕਦੀ SDM ਸਾਹਿਬ ਨਹੀਂ ਆਇਆ। ਇੱਥੇ ਛੋਟੇ ਮੋਟੇ ਕੰਮਾਂ ਵਾਸਤੇ ਵੀ SDM ਸਾਹਿਬ ਵੀ ਆਏ, BDO ਸਾਹਿਬ ਵੀ ਆਏ, ਹੋਰ ਵੀ ਅਫਸਰ ਸਾਹਿਬ ਜਿਹੜੇ ਆ ਉਹ ਆਉਂਦੇ ਰਹਿੰਦੇ ਆ, ਅਤੇ ਉਹਨਾਂ ਨੂੰ ਅਸੀਂ ਪ੍ਰੋਬਲਮਾਂ ਦੱਸਦੇ ਰਹਿੰਦੇ ਹਾਂ ਥੱਲੇ ਦੇ ਗਰਾਊਂਡ ਲੈਵਲ ਦੇ ਉੱਤੇ ਵੀ ਆਹ ਕੰਮ ਇੱਦਾਂ ਇੱਦਾਂ, ਤੁਹਾਡੇ ਦਫਤਰੀ ਕਾਰਵਾਈ ਜਿਹੜੀ ਆ ਉੱਥੇ ਆਹ ਘਾਟ ਹੈਗੀ ਆ, ਉਹਨੂੰ ਇਸ ਤਰ੍ਹਾਂ ਕੀਤਾ ਜਾਵੇ ਤਾਂ ਫਿਰ ਵਧੀਆ ਹੋਊਗਾ। ਅਤੇ ਉਹਦੇ ਨਾਲ ਜਿੱਦਾਂ ਉਹਨਾਂ ਸਮੁੱਚੇ ਨਗਰ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਇੱਕ ਬੰਦੇ ਘੱਲ ਕੇ ਸਰਵਾ ਵੀ ਲਵਾਇਆ ਵੀ ਕਿਹੜੇ ਕਿਹੜੇ ਕੰਮ ਆਉਣ ਵਾਲੇ ਆ, ਉਹ ਅਸੀਂ ਉਹਨਾਂ ਨੂੰ ਦੱਸੇ ਵੀ ਆਹ ਆਉਣ ਵਾਲਾ, ਉਹ ਹਿਸਾਬ ਐਸਟੀਮੇਟ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਸਾਨੂੰ ਪੈਸੇ ਦਿੱਤੇ ਆ। ਅਸੀਂ ਨੇਕ ਨੀਤੀ ਨਾਲ ਬਿਨਾਂ ਕਿਸੇ ਭੇਦਭਾਵ ਦੇ ਵਧੀਆ ਮਟੀਰੀਅਲ, ਕਿਉਂਕਿ ਅਸੀਂ ਕਦੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕੀਤਾ ਅਸੀਂ, ਕਿਉਂਕਿ ਇੱਕ ਸ਼ਾਰਟਕੱਟ ਜੀ ਗੱਲ ਕਰੀਏ ਵੀ ਜੇ ਸਰਪੰਚ 5 ਰੁਪਈਏ ਮਿਸ ਕਰਨ ਦੀ ਗੱਲ ਕਰੇ ਤਾਂ 50 ਰੁਪਈਏ ਪਿੰਡ ਦਾ ਨੁਕਸਾਨ ਹੁੰਦਾ, ਸਾਡੇ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਰਮਾਤਮਾ ਦਾ ਦਿੱਤਾ ਬਹੁਤ ਕੁਛ ਆ, ਅਤੇ ਸਾਡੀ ਇੱਕ ਜਿਹੜੀ ਆ ਉਹ ਦਿੱਲੀ ਭਾਵਨਾ ਵਾ ਵੀ ਅਸੀਂ ਵਧੀਆ ਕੰਮ ਕਰਕੇ ਜਾਈਏ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਇਹ ਗੱਲ ਕਰੇ ਵੀ ਫਲਾਣੀ ਪੰਚਾਇਤ ਆਈ ਸੀ ਉਹਨੇ ਇਹ ਕੰਮ ਵਧੀਆ ਕਰਾਇਆ। ਅਤੇ ਕਿੰਨੀ ਗ੍ਰਾਂਟ ਆਈ ਆ ਅਤੇ ਕਿੱਦਾਂ ਕਿੱਦਾਂ ਕਿੰਨੀ ਕਿੰਨੀ ਗ੍ਰਾਂਟ ਕਿੱਥੇ ਕਿੱਥੇ ਲਾਈ ਗਈ ਆ? ਗ੍ਰਾਂਟ ਤਕਰੀਬਨ 1 ਕਰੋੜ ਦੇ ਲਗਭਗ ਆਈਡੀਆ ਆਈ ਆ, ਜਿਹਦੇ ਵਿੱਚ 27.5 ਲੱਖ ਰੁਪਈਆ ਜਿਹੜਾ ਉਹ ਸਟੇਡੀਅਮ ਦਾ ਅਤੇ ਪਾਰਕ ਦਾ ਸੀ, ਔਰ 22 ਲੱਖ ਰੁਪਈਆ ਜਿਹੜਾ ਉਹ ਛੱਪੜਾਂ ਦੀ ਸਾਫ਼ ਸਫਾਈ ਅਤੇ ਗੰਦੇ ਨਾਲੇ ਦਾ ਜਿਹੜਾ ਨਿਕਾਸ ਆ ਪਾਣੀ ਦਾ ਉਹਦੇ ਵਾਸਤੇ ਆਇਆ, ਔਰ ਡੇਰਿਆਂ ਵਾਸਤੇ ਜਿਹੜੀ ਵੱਖਰੀ ਗ੍ਰਾਂਟ ਆਈ ਆ। ਹੁਣ ਥੋੜ੍ਹੇ ਦਿਨ ਹੋਏ ਆ ਇਹ ਮੰਤਰੀ ਸਾਹਿਬ ਗ੍ਰਾਂਟ ਦੇ ਕੇ ਗਏ ਆ, ਉਹਦੇ ਵਿੱਚ ਤਕਰੀਬਨ 30-31 ਲੱਖ ਰੁਪਈਏ ਦੇ ਏਡ ਗੇਡ ਜਿਹੜੀ ਆ ਸਾਡੇ ਕੋਲ ਹੁਣ ਫਰੈਸ਼ ਗ੍ਰਾਂਟ ਪਈ ਆ। ਜਿਹੜੇ ਅਧੂਰੇ ਕੰਮ ਕੋਈ ਪਿੰਡ ਦੇ ਹੈਗੇ ਆ ਅਜੇ ਰਹਿੰਦੇ ਆ ਕਾਫੀ, ਉਹ ਜਿਹੜੇ ਆ ਉਹ ਸਾਰੇ ਮੁਕੰਮਲ ਕੀਤੇ ਜਾਣ। 2022 ਕਿੱਦਾਂ ਤੁਹਾਨੂੰ ਲੱਗਦਾ ਪਿਆ ਵਾ, ਕੀ ਹੋਏਗਾ 2022 ਦੇ ਵਿੱਚ, ਲੋਕ ਕਿਵੇਂ ਸਹਿਯੋਗ ਦੇਣਗੇ, ਕਿਹੜੀ ਪਾਰਟੀ ਦਾ ਤੁਹਾਨੂੰ ਲੱਗਦਾ ਕਿੱਧਰ ਨੂੰ ਜਾ ਰਹੀ ਹਵਾ? ਵੇਖੋ ਜੀ, ਮੇਰੇ ਮੁਤਾਬਕ ਤਾਂ 2022 ਦੇ ਵਿੱਚ ਜਿਹੜੀ ਆ ਦੁਬਾਰਾ ਕਾਂਗਰਸ ਦੀ ਹੀ ਸਰਕਾਰ ਬਣੂਗੀ, ਕਿਉਂਕਿ ਇਸ ਅੱਗੇ ਵੇਖਿਆ ਟਰੈਂਡ ਕਿ ਜਦੋਂ ਸਾਲ ਇਲੈਕਸ਼ਨ ਦੇ ਵਿੱਚ ਰਹਿੰਦਾ ਸੀ ਲੋਕਾਂ ਦੀ ਹਵਾ ਤੇਵਰ ਬਦਲ ਜਾਂਦੇ। ਐਤਕੀ ਇਹੋ ਜਿਹੀ ਕੋਈ ਗੱਲ ਨਹੀਂ, ਹੁਣੇ ਤੁਸੀਂ ਵੇਖੋ ਨਗਰ ਪੰਚਾਇਤਾਂ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਔਰ ਵਿਕਾਸ ਦੇ ਮੁੱਦੇ 'ਤੇ ਵੋਟ ਪਈ ਆ, ਕਿਉਂਕਿ ਪਿੰਡਾਂ ਦੇ ਵਿੱਚ ਅਜੇ ਥੋੜ੍ਹਾ ਪ੍ਰੈਸ਼ਰ ਹੁੰਦਾ ਲੋਕਾਂ ਦਾ, ਸ਼ਹਿਰਾਂ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ, ਨਿਊਟਰਲ ਲੋਕ ਹੁੰਦੇ ਆ, ਮਰਜ਼ੀ ਦੇ ਨਾਲ ਵੋਟ ਪਾਉਂਦੇ ਆ, ਉੱਥੋਂ ਜਿਹੜੀ ਹਵਾ ਉਹ ਦੱਸ ਰਹੀ ਆ। ਬਾਕੀ ਕਿਸਾਨ ਐਜੀਟੇਸ਼ਨ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ 'ਤੇ ਜਿਹੜਾ ਵਾ, ਕਿਉਂਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਇਹ ਤੈਅ ਵਾ ਕਦੀ ਜ਼ਿਮੀਦਾਰ ਦੀ ਫਸਲ ਮੰਡੀ 'ਚ ਨਹੀਂ ਰਲੀ, ਉਹਨੂੰ ਸਹੀ ਰੇਟ ਮਿਲਿਆ। ਅਤੇ ਆਮ ਤੌਰ 'ਤੇ ਦੂਜੀਆਂ ਸਰਕਾਰਾਂ ਦੇ ਵਿੱਚ, ਮੈਂ ਵੀ ਇੱਕ ਕਿਸਾਨ ਹਾਂ, ਬਹੁਤ ਵੱਡੇ ਪੱਧਰ 'ਤੇ ਜੱਟ ਦੀ ਜਿਹੜੀ ਆ ਲੁੱਟ ਹੁੰਦੀ ਆਈ ਆ। ਸਰਕਾਰ 2022 ਦੇ ਵਿੱਚ ਜਿਹੜੀ ਆ ਉਹ ਕਾਂਗਰਸ ਦੀ ਹੀ ਪੰਜਾਬ 'ਚ ਬਣਾਉਂਦੀ। ਅਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਪਣੇ ਪਿੰਡ ਵਾਲੇ, ਜਿੱਦਾਂ ਕਿ ਤੁਸੀਂ ਕੰਮ ਕਰਵਾ ਰਹੇ ਜੇ, ਅਤੇ ਉਹ ਕਿੱਦਾਂ ਤੁਹਾਡਾ ਸਹਿਯੋਗ ਦੇਣ? ਲੋਕਾਂ ਨੂੰ ਇਹੀ ਸੰਦੇਸ਼ ਹੈ ਜਿੱਦਾਂ ਪਿੱਛੋਂ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਦਾ ਸਾਨੂੰ ਸੰਦੇਸ਼ ਹੈ, ਅਸੀਂ ਉਹੀ ਲੋਕਾਂ ਨੂੰ ਸੰਦੇਸ਼ ਦਿੰਦੇ ਹਾਂ ਕਿ ਰਲ ਮਿਲ ਕੇ ਬਿਨਾਂ ਕਿਸੇ ਈਰਖਾ ਭਾਵਨਾ ਦੇ ਪੰਚਾਇਤ ਦਾ ਸਾਥ ਦਿਓ। ਜਿੱਥੇ ਕਿਤੇ ਕੰਮ ਚੱਲਦਾ ਤੁਸੀਂ ਨਿਗਰਾਨੀ ਰੱਖੋ, ਜਿੱਥੇ ਕੋਈ ਘਾਟ ਆ, ਕੋਈ ਮਟੀਰੀਅਲ ਮਾੜਾ ਲੱਗਦਾ ਸਾਨੂੰ ਦੱਸੋ। ਵੈਸੇ ਲੋਕ ਇਹ ਗੱਲ ਕਰ ਵੀ ਰਹੇ ਆ, ਥੋੜ੍ਹੀ ਜਿਹੀ ਲੋਕਾਂ ਦੇ ਵਿੱਚ ਇਹ ਜ਼ਰੂਰ ਘਾਟ ਹੈਗੀ ਆ ਵੀ ਸਾਫ਼ ਸਫਾਈ ਦੇ ਮਾਮਲੇ ਦੇ ਵਿੱਚ ਲੋਕ ਜ਼ਿੰਮੇਵਾਰੀ ਘੱਟ ਸਮਝਦੇ ਆ, ਵੀ ਉਹ ਜਿੱਦਾਂ ਹੁਣ ਜਿਹਦੇ ਘਰ ਦਾ ਕੋਈ ਏਰੀਆ ਲੱਗਦਾ ਉਹ ਆਪਣੀ ਸਾਫ਼ ਸਫਾਈ ਰੱਖੇ,
ਅਤੇ ਜਿਸ ਤਰ੍ਹਾਂ ਹੁਣ ਇੰਟਰਲਾਕ ਲਾ ਟਾਇਲ ਲਾਈ ਦਾ ਤਾਂ ਹੀ ਫਾਇਦਾ, ਜੇ ਉਹ ਸਾਫ਼ ਸਫਾਈ ਰਹੇ ਫਿਰ ਵਧੀਆ ਲੱਗਦਾ। ਸਰਪੰਚ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਤੁਸੀਂ ਆਪਣੇ ਵੱਲੋਂ ਜਿਹੜਾ ਵਿਕਾਸ ਕਰਵਾ ਰਹੇ ਜੇ, ਲੋਕਾਂ ਦੀ ਵੀ ਇਹ ਡਿਊਟੀ ਬਣਦੀ ਆ ਕਿ ਨਹੀਂ ਆਪਣੇ ਘੱਟੋ ਘੱਟ ਘਰ ਦੇ ਅੱਗਿਓਂ ਜਿਹੜਾ ਵਾ ਗੰਦਗੀ ਨਾ ਫੈਲਣ ਦੇਣ? ਜ਼ਰੂਰ ਬਣਦੀ, ਹਰ ਇੱਕ ਇਨਸਾਨ ਦੀ ਬਣਦੀ ਆ। ਅਤੇ ਜੇ ਅਸੀਂ ਵਿਕਾਸ ਕਰਵਾਉਣਾ ਅਤੇ ਜੇ ਲੋਕ ਨਾ ਸਫਾਈ ਰੱਖਣਗੇ ਤਾਂ ਫਾਇਦਾ ਕੀ ਹੋਇਆ? ਨਾਲੇ ਸਾਡੇ ਮੰਤਰੀ ਸਾਹਿਬ ਜਦੋਂ ਵੀ ਬੋਲਦੇ ਸੀ ਨਾ ਪਿਛਲੀ ਵਾਰਾਂ, ਉਹਨਾਂ ਨੇ ਆਖਿਆ ਵੀ ਕੰਮ ਲਿਖ ਲਓ, ਜਿਹੜਾ ਵੀ ਨਾ ਕੰਮ ਹੋਵੇ ਤਾਂ ਮੈਨੂੰ ਦੱਸਿਓ। ਇਹ ਹਰ ਕੰਮ ਲੋਕਾਂ ਨੂੰ ਪਤਾ ਵਾ, ਅਤੇ ਅਸੀਂ ਤਾਂ ਇਲੈਕਸ਼ਨ ਵਿੱਚ ਤਾਂ ਖੁੱਲ੍ਹੇ ਆਮ ਬੋਲਣਾ ਵੀ ਸਾਨੂੰ ਦੱਸੋ ਵੀ ਕੀ ਕਮੀਆਂ ਸਾਡੀਆਂ, ਜਦੋਂ ਅਸੀਂ ਕੰਮ ਸਾਰਾ ਕੀਤਾ ਵਾ ਅਤੇ ਅਸੀਂ ਆਸ ਰੱਖਦੇ ਵੀ ਅਸੀਂ ਪੂਰੇ ਬਹੁਤ ਮੁਜ਼ਦ ਨਾਲ ਜਿੱਤਾਂਗੇ। ਸਿਰਫ ਰਜਿੰਦਰ ਸਿੰਘ ਬਾਜਵਾ ਜਿੱਥੋਂ ਮਰਜ਼ੀ ਵੀ ਸਟੈਂਡ ਕਰ ਜੇ, ਉੱਥੋਂ ਹੀ ਜਿੱਤੂਗਾ। ਸੋ ਇਹ ਸੀ ਪੂਰੀਆਂ ਕਲਾਂ ਦੇ ਸਰਪੰਚ ਸਾਹਿਬ, ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਵਾਈ ਆ। ਸੋ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਵਾਕਈ ਪਿੰਡ ਦੀ ਪੰਚਾਇਤ ਨੇ ਜਿਹੜੀਆਂ ਮੱਲਾਂ ਮਾਰੀਆਂ ਹੋਈਆਂ ਵਿਕਾਸ ਦੀਆਂ। ਸੋ ਅਗਲੇ ਪਿੰਡ ਜਿਹੜੇ ਆ ਉਹ ਤੁਹਾਨੂੰ ਦਿਖਾਉਂਦੇ ਰਹਾਂਗੇ। ਸੋ ਤਦ ਤੱਕ ਲਈ ਸਾਡੇ ਨਾਲ ਬਣੇ ਰਹੋ। ਕੈਮਰਾ ਪਰਸਨ ਵਿੱਕੀ ਰੰਧਾਵਾ ਦੇ ਨਾਲ ਰਵਨੀਸ਼ ਮਜੀਠੀਆ ਜੀ।